ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤਾਂ ਇੱਥੇ ਵੀ ਬਾਰਿਸ਼ ਦਾ ਅਸਰ ਜਿੱਥੇ ਆਮ ਲੋਕਾਂ 'ਤੇ ਦਿਖਾਈ ਦਿੱਤਾ ਉੱਥੇ ਕਿਸਾਨ ਵੀ ਖਾਸੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਕਿਉਂਕਿ ਮਾਝੇ ਇਲਾਕੇ ਦੇ ਵਿੱਚ ਬਾਸਮਤੀ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਜਿਸ ਕਿ ਫਸਲ ਦੇ ਵਿੱਚ ਹਾਲ ਹੀ 'ਚ ਦਾਣਾ ਪੈਣਾ ਸ਼ੁਰੂ ਹੋਇਆ ਸੀ ਅਤੇ ਹੁਣ ਬੇਮੌਸਮੀ ਬਰਸਾਤ ਅਤੇ ਝੱਖੜ ਦੇ ਨਾਲ ਫਸਲ ਪੂਰੀ ਤਰ੍ਹਾਂ ਧਰਤੀ 'ਤੇ ਵਿਛ ਗਈ ਹੈ। ਕਿਸਾਨਾਂ ਵੱਲੋਂ ਖਦਸਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਮਾਰ ਦੇ ਨਾਲ ਕਰੀਬ 50% ਝਾੜ ਘੱਟ ਜਾਵੇਗਾ ਅਤੇ ਜੋ ਫਸਲ ਬਾਕੀ ਰਹੇਗੀ ਉਸਦੀ ਕੁਆਲਿਟੀ ਕਾਫੀ ਘਟੀਆ ਹੋਵੇਗੀ। ਇਸ ਕਾਰਨ ਪੀੜਿਤ ਕਿਸਾਨਾਂ ਵੱਲੋਂ ਸਰਕਾਰ ਅੱਗੇ ਆਪਣੀ ਗੁਹਾਰ ਲਗਾਈ ਜਾ ਰਹੀ ਹੈ। ਝੋਨਾ ਜਿਹੜਾ ਲੰਮਿਆ ਪੈ ਗਿਆ ਉੱਤੋਂ ਦੀ ਪਾਣੀ ਜਾਣ ਦਾ ਜੋ ਨੁਕਸਾਨ ਹੀ ਆ ਉਹ ਕੀ ਹੈ ਝਾੜਦਾ ਵਾਹਵਾ ਹੀ ਕੋਈ 20-30% ਕੀ ਪੈ ਜਾਣਾ ਉਹਦਾ ਪਾਣੀ ਉੱਤੋਂ ਦੀ ਪਾਣੀ ਚੱਲ ਜਾਂਦਾ ਅਤੇ ਉਹ ਕਿੱਥੋਂ ਕੀ ਖੜਾ ਹੋ ਜਾਣਾ। ਆਹੋ ਇਹਦਾ ਕੀ ਕਿਸਾਨਾਂ ਨੂੰ ਜਿਹੜਾ ਕੋਈ ਮੁਆਵਜ਼ਾ ਦਿੱਤਾ ਜਾਏ ਉਹਦੀ ਕੀ ਗਰਦੌਰੀ ਕਰਾ ਕੇ ਉਹਦਾ ਮੁਆਵਜ਼ਾ ਦਿੱਤਾ। ਜਿਹੜੀ ਬਰਸਾਤ ਬੇਮੌਸਮੀ ਹੋਈ ਹੈ ਇਹਦੇ ਨਾਲ ਮਤਲਬ ਕਹਿੰਦਾ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਔਰ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਜਿਹੜਾ ਨਾ ਮਿਲਣਾ ਚਾਹੀਦਾ ਔਰ ਇਹਦੀ ਜਿਹੜੀ ਨੁਕਸਾਨ ਦੀ ਭਰਪਾਈ ਹੈ ਇਹ 50% ਤੋਂ ਉੱਪਰ ਚਲੇ ਗਈ ਆ। ਮਤਲਬ ਕਹਿੰਦਾ ਹਜ਼ਾਰਾਂ ਦੀ ਏਕੜ ਦੀ ਤਾਦਾਦ ਨਾਲ ਇਹ ਜਿਹੜਾ ਫਸਲ ਦਾ ਨੁਕਸਾਨ ਹੋਇਆ ਉਹਨਾਂ ਡਬਲ ਕਰਜੋਈ ਹੋ ਗਿਆ। ਜੇ ਉਹ ਆਲਰੇਡੀ ਪਹਿਲਾਂ ਹੀ ਕਰਜੋਈ ਆ ਅਤੇ ਜੇ ਉਹਦੀ ਫਸਲ ਹੀ ਨਹੀਂ ਤਿਆਰ ਹੋਈ ਉਹਨੂੰ ਫਸਲ ਮੰਡੀ 'ਚ ਜਾਏਗੀ ਨਹੀਂ ਮਿਲੇਗੀ ਨਹੀਂ ਉਹਨੂੰ ਫਸਲ ਤੋਂ ਜਿੱਥੇ 50% ਕਰਜੋਈ ਆ ਉਹ 100% ਕਰਜੋਈ ਹੋ ਗਿਆ। ਕਿਸਾਨ ਬਹੁਤ ਜ਼ਿਆਦਾ